ਕੀ ਜੱਜੇ ਬਾਰ ਹੱਥ ਜੋੜ ਕੇ ਖੜ ਗਏ ਹੋ ਆਂਢ ਗਵਾਂਢ ਦੇਖਦਾ ਫਿਰ ਕੀ ਕਹਿੰਦਾ ਭਾਵੇਂ ਜਿੰਨੀ ਮਰਜ਼ੀ ਗਲਤੀ ਹੋਵੇ ਜਵਾਈ ਭਾਈ ਤੋਂ ਪਰ ਸਾਲੇ ਤੋਂ ਮਾਫੀ ਮੰਗਦਾ ਚੰਗਾ ਲੱਗਦਾ ਤੂੰ ਕਿਉਂ ਉਹਨਾਂ ਨਾਲ ਪੰਗਾ ਲੈ ਕੇ ਆਪਣਾ ਟਾਈਮ ਖਰਾਬ ਕਰ ਰਹੀ ਹੈ ਤੈਨੂੰ ਮੈਂ ਪਹਿਲਾਂ ਹੀ ਕਿਹਾ ਵੀ ਉਹਨਾਂ ਨੇ ਦੋ ਤਿੰਨ ਦਿਨ ਰਹਿਣਾ ਮੈਂ ਇਹਨਾਂ ਨੂੰ ਕੱਢ ਕੇ ਬਾਹਰ ਮਾਰਨਾ ਹੈ ਤਾਂ ਮੈਨੂੰ ਵੀ ਸੀ ਮੰਮੀ ਪਰ ਮੈਂ ਜੀਜੇ ਨੂੰ ਉਹਨਾਂ ਦੀ ਮੰਮੀ ਬਾਰੇ ਕੀ ਕਹਿ ਸਕਦਾ ਸੀਗਾ ਪਿੱਛੇ ਜੀ ਮੈਂ ਕੁਝ ਕਿਹਾ ਸੀ ਆ ਭੈਣ ਨੂੰ ਪਤਾ ਹੀ ਆ ਤੂੰ ਹੁਣ ਆਪਣੇ ਸਹੁਰੇ ਜਾ ਚਾਰ ਪੰਜ ਦਿਨਾਂ ਤੱਕ ਮੈਂ ਆ ਰਹੀ ਹਾਂ ਮੈਨੂੰ ਬੇੜਾ ਕਰਕੇ ਮੁੜਾਂਗੀ ਜੇ ਤੂੰ ਹੁਣ ਨਾ ਆਏ ਨਾ ਫਿਰ ਸਾਨੂੰ ਤੇਰੀ ਲੋੜ ਨਹੀਂ ਹੈਗੀ मैं इनू फोन करके सद्या इनू तो डालर ही कमाई जाता सी घर का पता ही नहीं सी नानी जी जो मैंने जैसमीन दसदी सी मैं तो उही सच मनना सी पर वीरे इत्थे भाभी कुछ करदे पए ने तुहानू फोन ते कुछ दसदे पए ने ताईं तां घरों रुलदा पिया मैं कोई पिछले 8 महीने तो तेरा कोई फर्ज नहीं सी मैनू दसण दा तैं इन्ना पिछे लग के झुरदा रहा है वीरे मैं तो दाज नू मना करके गलती कर ली दाज लै लैंदा ना अज घरों रुलदा ना पर मैनू की पता सीगा कि मम्मी दे नाल नाल भाभी दीदी सारे लालची बने हुए ने ਵਧੀਆ ਗੱਲ ਹੈ ਨਾਨੀ ਤੁਸੀਂ ਮੈਨੂੰ ਫੋਨ ਕਰਕੇ ਸੱਦ ਲਿਆ ਇਹਨਾਂ ਦੇ ਪਿੱਛੋਂ ਸਾਰਾ ਘਰ ਹੀ ਖਿਲਾ ਰਿਹਾ ਪਿਆ ਜਦੋਂ ਇਹਨੂੰ ਕੱਢਿਆ ਸੀ ਘਰ ਤੋਂ ਮੈਨੂੰ ਸਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਤੇਰੇ ਪਿਓ ਵਰਗਾ ਭਰਾ ਬੈਠਾ ਤੇਰਾ ਕੋਈ ਫਰਜ਼ ਨਹੀਂ ਸੀ ਮੈਨੂੰ ਦੱਸਣ ਦਾ ਭਾਜੀ ਮੈਨੂੰ ਇਹ ਸੀਗਾ ਪਤਾ ਨਹੀਂ ਭਾਬੀ ਤੁਹਾਨੂੰ ਕੀ ਦੱਸਣਾ ਤੇ ਤੁਸੀਂ ਕੀ ਸਮਝੋ ਪਤੰਦਰਾ ਮੈਨੂੰ ਗੱਲ ਤਾਂ ਦੱਸਦਾ ਮੈਨੂੰ ਪੂਰੀ ਗੱਲ ਦਾ ਪਤਾ ਹੀ ਅਜੇ ਤੱਕ ਨਹੀਂ ਲੱਗਾ ਵੀਰ ਜੀ ਮੈਂ ਇਹਨਾਂ ਨੂੰ 50 ਵਾਰੀ ਸਮਝਾਇਆ ਵੀ ਤੁਸੀਂ ਇੱਕ ਵਾਰੀ ਵੀਰ ਜੀ ਨੂੰ ਬਾਹਰ ਫੋਨ ਕਰਕੇ ਸਾਰੀ ਗੱਲ ਤਾਂ ਦੱਸੋ ਉਹਨਾਂ ਨੂੰ ਵੀ ਪਤਾ ਲੱਗੇ ਪਰ ਇਹ ਪਤਾ ਨਹੀਂ ਕਿਉਂ ਡਰਦੇ ਰਹੇ ਤੁਹਾਡੇ ਤੋਂ ਹੁਣ ਤੁਹਾਡੇ ਕੋਲ ਮੌਕਾ ਹੈਗਾ ਤੇ ਤੁਸੀਂ ਵੀ ਸਾਰੀ ਗੱਲ ਖੁੱਲ ਕੇ ਕਰ ਦਿਓ ਵੀਰ ਜੀ ਨਾਲ ਜੋ ਵੀ ਇਹ ਕਹਿਣਗੇ ਇਹਨਾਂ ਦਾ ਹੀ ਆਖਰੀ ਫੈਸਲਾ ਹੋਏਗਾ ਫਿਰ ਜੀਜਾ ਜੀ ਭੈਣ ਸਹੀ ਕਹਿੰਦੀ ਪਈ ਆ ਵੀਰੇ ਨਾਲ ਦਿਲ ਖੋਲ ਕੇ ਗੱਲ ਕਰ ਲਓ ਤੁਹਾਡੇ ਡੈਡੀ ਜੀ ਤੋਂ ਬਾਅਦ ਵੀ ਤਾਂ ਤੁਹਾਨੂੰ ਵੀਰੇ ਨੇ ਤਾਂ ਸੰਭਿਆ ਸੀਗਾ ਅੱਗੇ ਵੀ ਤੁਹਾਨੂੰ ਇੰਨਾ ਨਹੀਂ ਸੰਭਣਾ ਵਾ ਅੱਜ ਸਾਰੀ ਗੱਲ ਕਲੀਅਰ ਕਰ ਲਓ ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਾ ਗੀਤਾ ਦੀ ਸੱਸ ਦਾ ਵੀ ਕੋਈ ਕਸੂਰ ਨਹੀਂ ਸੀਗਾ ਹਾਂਜੀ ਵੀਰੇ ਸਾਰਾ ਕਸੂਰ ਹੀ ਭੈਣ ਦਾ ਸੀਗਾ ਪਰ ਚਲੋ ਕੋਈ ਨਾ ਭੈਣ ਨੂੰ ਹੁਣ ਅਕਲ ਆ ਗਈ ਹੈ ਤੇ ਆਪਣੇ ਘਰੇ ਸਹੀ ਵਸਦੀ ਪਈ ਹੈ ਬਲਵਿੰਦਰ ਕੱਲੀ ਹੁੰਦੀ ਤਾਂ ਮੈਂ ਸੁਧਾਰ ਲੈਂਦੀ ਤੇਰੀ ਘਰਵਾਲੀ ਨਾਲ ਲੱਗੀ ਹੋਈ ਏ ਵੀਰੇ ਮੈਨੂੰ ਤਾਂ ਅੱਗੇ ਭਾਬੀ ਵੀ ਬੜਾ ਕੁਛ ਬੋਲਦੇ ਨੇ ਮੰਮੀ ਵੀ ਬੜਾ ਕੁਛ ਬੋਲਦੇ ਸੀਗੇ ਭੈਣ ਵੀ ਬੜਾ ਕੁਛ ਕਹਿੰਦੀ ਸੀ ਮੈਂ ਕਿਸੇ ਨੂੰ ਕੁਛ ਕਹਿੰਦਾ ਸੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪਰ ਜਿਸ ਦਿਨ ਮੇਰਾ ਵਿਆਹ ਹੋਇਆ ਮੇਰਾ ਤਾਂ ਪਹਿਲੇ ਦਿਨ ਘਰਵਾਲੀ ਦੇ ਸਾਹਮਣੇ ਇਹਨਾਂ ਨੇ ਜਲੂਸ ਕੱਢਿਆ ਮੇਰਾ ਮੈਨੂੰ ਦੱਸਣ ਦਾ ਫਰਜ਼ ਸੀ ਮੈਂ ਮੰਦਾ ਨਾ ਮੰਦਾ ਉਹ ਬਾਅਦ ਦੀ ਗੱਲ ਆਖੀ ਇਹ ਤਾਂ ਬੜਾ ਭੋਲਾ ਹੈ ਇਹਨੂੰ ਮੈਂ ਕਿਹਾ ਸੀ ਘਰੋਂ ਪੈਰ ਨਾ ਪੱਟੀ ਜਿੱਦਾਂ ਇਹਨੇ ਘਰੋਂ ਪੈਰ ਪੱਟਿਆ ਉਹਨਾਂ ਨੂੰ ਸਿੱਖੀ ਮਿਲ ਗਈ ਨਾਨੀ ਜੀ ਇਹ ਤਾਂ ਭੋਲਾ ਹੈ ਰਾਧਿਕਾ ਥੋੜੀ ਭੋਲੀ ਹੈ ਉਹ ਤੇ ਮੈਨੂੰ ਦੱਸ ਸਕਦੀ ਸੀ ਪੁੱਤ ਧੀ ਤਾਂ ਮੇਰੀ ਵੀ ਭੋਲੀ ਹੈ ਪਰ ਅਸੀਂ ਇਹਨੂੰ ਇਹ ਸੰਸਕਾਰ ਨਹੀਂ ਦਿੱਤੇ ਕਿ ਵੱਡਿਆਂ ਅੱਗੇ ਬੋਲੇ ਮਾਸੀ ਜਿਹੜੇ ਤੁਹਾਡੀ ਕੁੜੀ ਦੇ 8 ਕੁ ਮਹੀਨੇ ਖਰਾਬ ਹੋ ਗਏ ਉਹ ਤੇ ਵਾਪਸ ਮੋੜ ਨਹੀਂ ਸਕਦਾ ਮੈਂ ਪਰ ਇਹਦੀ ਅੱਗੇ ਵਾਲੀ ਜ਼ਿੰਦਗੀ ਸਹੀ ਲੰਘੂਗੀ ਉਹ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਜਾਣਾ ਪੁੱਤ ਹਰ ਇੱਕ ਮਾਂ ਬਾਪ ਦਾ ਇਹ ਸੁਪਨਾ ਹੁੰਦਾ ਕਿ ਉਹਨਾਂ ਦੀ ਧੀ ਸੁਖੀ ਵਸੇ ਬਸ ਇਹਦਾ ਘਰ ਵਸ ਜਾਵੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕੁੜੀਏ ਤੁਸੀਂ ਹੱਥ ਕਿਉਂ ਜੋੜਦੇ ਹੋ ਤੁਹਾਡੀ ਕੁੜੀ ਦੀ ਜ਼ਿੰਮੇਵਾਰੀ ਸਾਡੇ ਦੋਨਾਂ ਦੇ ਸਿਰ ਦੀ ਆ ਅੱਜੂ ਜਦਾ ਬਿਰਾਇਆ ਪਾਣੀ ਵੀ ਪੀਤਾ ਚਲ ਆਪਾਂ ਕੁਝ ਵਧੀਆ ਖਾਣ ਪੀਣ ਨੂੰ ਲੈ ਕੇ ਆਈਏ ਖਾਣ ਪੀਣ ਤੇ ਬਾਅਦ ਚ ਦੇਖਦੇ ਆ ਪਹਿਲਾਂ ਚੱਲ ਘਰ ਹੋ ਕੇ ਆਈਏ 1.5 ਲੱਖ ਦੀ ਟਿਕਟ ਐਵੇਂ ਨਹੀਂ ਕਰਾਈ ਸੱਸ ਨੂੰ ਉਹਨੂੰ ਸੈੱਟ ਕਰਨ ਵਾਸਤੇ ਲਵਾਈਏ ਤੇ ਖਾਣ ਪੀਣਾ ਤਾਂ ਫਿਰ ਵੀ ਹੋ ਜਾਊਗਾ ਬੀਬੀ ਜੀ ਮੈਂ ਹੱਥ ਜੋੜਦੀ ਆ ਕੋਈ ਲੜਾਈ ਝਗੜਾ ਨਾ ਕਰਿਓ ਆਰਾਮ ਨਾਲ ਸਮਝਾਇਓ ਤੁਸੀਂ ਉਹਨਾਂ ਨੂੰ ਅੱਗੇ 8 ਮਹੀਨੇ ਤੋਂ ਗੱਲ ਆਰਾਮ ਨਾਲ ਹੀ ਹੋ ਰਹੀ ਸੀ ਹੁਣ ਮੁੰਡਾ ਆਪਣੇ ਹਿਸਾਬ ਨਾਲ ਗੱਲ ਕਰਕੇ ਜਾਊਗਾ
चलो चलिएगा चलो आज चल अजू तू भी नाल चल नहीं जीजा जी थोड़े ना घर दे मामला वा मेरा हक नहीं बनता जान दा जग्गे कदे लोड़ पई तां मैं बैठा वा चलो आज कुछ मम्मी मम्मी 5 दिन हो गए मियां बीबी नु गए होए इन्हां नु फोन करके पुछो आना कि नहीं ये तो कमरा किराए ते चढ़ रही है ओ इस घर दे मालक लगे ने जेड़ा असी उन्हां कोलो पुछना है पवन नु फोन करके कह दे कि जेड़े तेरे चार कपड़े ना ओ भी नहीं असी देने चलो ठीक है मम्मी उधर की झाकदी है बाहर देख गेट ते कौन है मम्मी आ गया जे नया कोई धर्मशाला है जो मूह चकद अंदर बड़ा आना है जो मूह चकद बाहर निकल जाना है चल जा इतों जसवंत मुंडे नु करो निकलना से कह रही है घर तेरे प्यो का है तू निकल बाहर चल तेनू तो मेनू मां कहना दिल भी नहीं करता जेडे अपने पुता जी फर्क करी बैठी है अच्छा तेन चंगा ही भड़का के भेजा हो पिछे कौन है मेरी मां अजा अजो अंदर आके बह के गल कर लो बाहर गेट ते रोला ना पाओ घर आले तो डरी जानी है ओ हऊ है मारेगा थोड़ी तेनू काम तो मम्मी ने छित्तर खाने वाले किए थे तुम्हें तो मैं कुछ नहीं कह सकता पर इन अकल दे सकता मैं मनविंदर कौरे शर्म कर ले शर्म मुंडा मैं बाहरों बुलाया हूँ भी तेरी आकड़ नहीं जाती पी नहीं नहीं इन्हें आकड़ लौट आती ना आए चल नहीं तो उन्हें पेके तो माता तू सांभ अपना घर के कली कंधरा टकरा मारी नहीं जी मैं अपने पेके क्यों जावगी मैं तो रहना है ना की गल जसमीन दीदी तुसी दूजियां दीयां धीयां दा घर खराब करन दा ठेका लिया हुण जद आपदा होण लगा ते तुहानू घबराहट छिड़ गई है पाजी रहन दो मैं कहना ठीक है इदां ही असीं बाहर किराए ते रह लैंदे तो मेरे आए तो भी इही इकता करनी सी ते मेरे आए दा फायदा की होया हुण तू चुप रह मैं आपे नबेड़दा ना तू बोली हो गई है चल बाहर नू मैं नहीं जाना मम्मी कवो इन्हां नू असीं इहनू ही कढ इहदे कुआड़े पए ने सारे नहीं जे तू छोटे मुंडे नू सही तरह रखना फिर ते मैं तेरे नाल रहूंगा तेरे राह अलग ते साडे राह अलग असि अड रवांगे दोनों जे घर च बच्चे भी ना रहणगे ते घर कल्ली बैठ के चिट्टेंगी हुण भी अकल कर लै ना ना मम्मी हुण नहीं मैं बच्चियां नू तंग करांगी ना मैं छोटे वाले नू तंग करांगी ना मैं ओदी वोटी नू तंग करांगी ते आपां हुण ना मिल के रहांगे चल तुसी अंदर जाके बैठो जैसमीन इन्हां नू लगदा है भी सप्प डंग मारना हट जूगा बस 2 महीने ठहर जा मुंडे नू बाहर जा लैंदे इन्हां नू तां मैं अपने रंग दिखा के ही हटणे मम्मी जो मर्जी करो इस बार ना जैसमीन पिछों दे गेम खेलेगी फ्रंट ते नहीं आएगी तू नाल रही चाहे गेम अगो खेल ते चाहे पिछों खेल दादी चादर सीजन 1 का एंड हो गया दादी चादर सीजन 2 अज तो महीने 1.5 महीने बाद शुरू करांगे वो इस करके कि वो थोड़ी होर ज़्यादा इमोशनल है बहुत सोहने सोहने सीन असी सोचे ने बट हले सारी टीम उस वास्ते प्रिपेयर नहीं हैगी जो असी पूरे प्रिपेयर हो जाएंगे पूरी तरीके से लिख लांगे फिर असी दादी चादर सीजन 2 लैके आवांगे ते उस तो पहला दराणी जठाणी की एक सीरीज़ नवी आन लगी है जिदे वह भी बहुत ज़्यादा इमोशनल है ते वो इन्हां दोनों का ही आपसी असी कलेश पुआना है पर हले दसना कुछ नहीं सस्पेंस है सीरीज़ इमोशनल है ते सीरीज़ कम करन वास्ते ये मेरा दोस्त है अज्जू जिन्हें राधिका के ब्रदर का रोल किया जिन्हों तुसी बहुत ज़्यादा एप्रीशिएट किया ये आंटी साढ़े गवांडी है जिदे हुण राधिका की हर वीडियो से यदि मम्मी का रोल करनगे क्योंकि राधिका जिहड़ा पेका परिवार वो असी बिल्कुल ओके करता ये वाला तो मम्मी तो भाभी इदा के हैं नहीं करैक्टर के
ਇਹ ਅਸੀਂ ਕਰੈਕਟਰ ਹੀ ਇੱਦਾਂ ਦਾ ਹੁੰਦਾ ਹੈ ਜਿਹਦੇ ਵਿੱਚ ਨੈਗੇਟਿਵਿਟੀ ਵੀ ਕਰਨੀ ਪੈਂਦੀ ਹੈ, ਪੋਜ਼ਿਟਿਵਿਟੀ ਵੀ ਕਰਨੀ ਪੈਂਦੀ ਹੈ, ਕਰੈਕਟਰ ਹੁੰਦੇ ਆ, ਇਨਸਾਨ ਹੀ ਇੱਦਾਂ ਦਾ ਹੁੰਦਾ। ਅਤੇ ਦਿਲੋਂ ਧੰਨਵਾਦ ਮੇਰੀ ਨਾਨੀ ਦਾ, ਜਿਹੜੀਆਂ ਦਵਾਈਆਂ ਖਾ ਖਾ ਕੇ ਡਾਇਲਾਗ ਬੋਲ ਬੋਲ ਕੇ ਜਿਹਨੇ ਸੀਰੀ ਦੇ ਵਿੱਚ ਜਾਨ ਪਾਈ ਹੈ। ਨਾਨੀ ਦੇ ਕਰੈਕਟਰ ਨੂੰ ਤੁਸੀਂ ਦਿਲੋਂ ਪਿਆਰ ਕੀਤਾ ਹੈ, ਸਭ ਦੇ ਕਰੈਕਟਰਾਂ ਨੂੰ ਪਿਆਰ ਕੀਤਾ, ਪਰ ਸਭ ਤੋਂ ਜ਼ਿਆਦਾ ਜੇ ਐਪਰੀਸ਼ੀਏਟ ਹੋਈ ਹੈ ਤਾਂ ਨਾਨੀ ਹੋਈ ਹੈ। ਨਾਨੀ ਤੁਸੀਂ ਕੁਛ ਕਹਿਣਾ ਚਾਹੋਗੇ ਸਾਡੇ ਕੰਮ ਬਾਰੇ? ਮੈਂ ਬੋਲੋ ਕੁਛ ਵੀ, ਤੁਹਾਨੂੰ ਕੈਮਰਾ ਦੇਖ ਰਿਹਾ। ਮੈਂ ਤਾਂ ਇਹ ਬੋਲਦੀ ਹਾਂ ਵੀ ਇਹ ਬੱਚਾ ਤਰੱਕੀ ਕਰੇ, ਵੱਧੇ ਫੱਲੇ ਅੱਗੇ, ਅਤੇ ਤਰੱਕੀ ਕਰੇਗਾ, ਸਭ ਦੁਨੀਆ ਜੋ ਦੇਖੇਗਾ ਇਹਨੂੰ ਸ਼ੋਭਾ ਮਿਲੇਗੀ, ਅਤੇ ਚੰਗੀ ਸ਼ਿਕਸ਼ਾ ਮਿਲੇਗੀ, ਚੰਗੀਆਂ ਵੀਡੀਓ ਬਣਨਗੀਆਂ, ਅੱਗੋ ਅੱਗੋ ਸਾਨੂੰ ਵਧੀਆ ਇਹਦੀ ਸ਼ੋਭਾ ਚਾਹੀਦੀ ਹੈ। ਇਹਦੇ ਉੱਪਰ ਮਤਲਬ ਕਿਰਪਾ ਰਵੇ ਮਹਾਰਾਜ ਦੀ, ਸੱਚੇ ਪਾਤਸ਼ਾਹ ਹੱਥ ਦੇ ਕੇ ਰੱਖੇ, ਹਰ ਕਸ਼ਟ ਨੂੰ ਬਚਾਈ ਰੱਖੇ ਅਤੇ ਨੇਕੀ ਦਾ ਫਲ ਮਿਲੇ। ਥੈਂਕ ਯੂ ਨਾਨੀ ਸੋ ਮੱਚ। ਆਈ ਲਵ ਯੂ ਵੀਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਨਾ ਕਹਿਣਾ ਚਾਹੂੰਗਾ ਕਿ ਮੈਂ ਇਸ ਸੀਰੀ 'ਚ ਨਵਾਂ ਨਵਾਂ ਮੈਨੂੰ ਰੋਲ ਮਿਲਿਆ ਸੀ, ਜੇ ਮੇਰੀ ਕਿਤੇ ਗਲਤੀ ਹੋਈ ਤਾਂ ਸੋਰੀ ਉਹਦੇ ਲਈ। ਤਾਂ ਆ ਮੇਰੇ ਭਰਾ ਜਿਨ੍ਹਾਂ ਨੇ ਮੈਨੂੰ, ਤੁਸੀਂ ਸਾਡੇ ਨਾਲ, ਤੂੰ ਪਹਿਲੀ ਵਾਰ ਉਦਾਂ ਇਹ ਵੀਡੀਓ 'ਚ ਆਉਂਦਾ ਰਿਹਾ, ਬਟ ਸਾਡੇ ਨਾਲ ਐਜ਼ ਏ ਟੀਮ ਤੂੰ ਪਹਿਲੀ ਵਾਰ ਕੰਮ ਕੀਤਾ, ਕਿੱਦਾਂ ਦਾ ਫੀਲ ਹੋਇਆ ਫੈਮਿਲੀ ਵਾਲਾ? ਪਹਿਲੀ ਵਾਰੀ ਦਾਜ ਦੀ ਚਾਦਰ 'ਚ ਕੰਮ ਕਰਕੇ ਬਹੁਤ ਸੋਹਣਾ ਲੱਗ ਰਿਹਾ, ਅਤੇ ਅੱਜ ਮੈਨੂੰ ਚਾਰ ਲੋਕ ਜਾਣਨ ਲੱਗ ਗਏ ਨੇ ਮੇਰੇ ਉਸਤਾਦ ਨੋਨੂ ਅਰੋੜਾ ਕਰਕੇ। ਧੰਨਵਾਦ ਧੰਨਵਾਦ ਧੰਨਵਾਦ, ਇਹ ਮਾਲਕ ਦੀ ਕਿਰਪਾ ਹੈ ਜਿਹਨੇ ਸਿਰੇ ਨੂੰ ਪਿਆਰ ਦਿੱਤਾ। ਆਂਟੀ ਤੁਹਾਡਾ ਕੀ ਯੋਗਦਾਨ ਹੈ ਸਾਡੀ ਦਾਜ ਦੀ ਚਾਦਰ 'ਚ? ਮੈਨੂੰ ਦਾਜ ਦੀ ਚਾਦਰ ਵਿੱਚ ਰਾਧਿਕਾ ਦੀ ਮੰਮੀ ਦਾ ਰੋਲ ਦਿੱਤਾ ਗਿਆ, ਜਦਕਿ ਰਾਧਿਕਾ ਮੇਰੀ ਵਾਕਈ ਬੇਟੀ ਤਰ੍ਹਾਂ ਹੈਗੀ ਹੈ। ਅੱਜੂ ਨੇ ਮੇਰੇ ਬੇਟੇ ਦਾ ਰੋਲ ਕੀਤਾ, ਪਰਮਾਤਮਾ ਇਹਨੂੰ ਭਾਗ ਲਾਵੇ, ਇਹਨੂੰ ਖੁਸ਼ੀਆਂ ਦੇਵੇ, ਇਹਨੂੰ ਅੱਗੇ ਵਧਾਵੇ। ਸਾਰੇ ਅਸੀਂ ਪਰਿਵਾਰ ਦੀ ਤਰ੍ਹਾਂ ਹਾਂ, ਤੁਸੀਂ ਦੇਖ ਕੇ ਬਹੁਤ ਪਿਆਰ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਭਾਬੀ ਫੋਲੋ ਕਰੋ, ਲਾਈਕ ਕਰੋ, ਕਮੈਂਟ ਕਰੋ, ਫੋਲੋ ਕਰੋ, ਲਾਈਕ ਕਰੋ, ਕਮੈਂਟ ਕਰੋ, ਹਾਂਜੀ। ਉਸਤਾਦ ਜੀ ਧੰਨਵਾਦ ਤੁਹਾਡਾ, ਤੁਸੀਂ ਆਪਣਾ ਮਤਲਬ ਇਹਨੇ ਸਭ ਤੋਂ ਵੱਡਾ ਹਾਰਡਵਰਕ ਇਹਦਾ ਵੀ ਜੋ ਪ੍ਰੈਗਨੈਂਸੀ ਦੇ ਵਿੱਚ ਤੂੰ ਭੱਜਦੀ ਫਿਰਦੀ ਰਹੀ, ਗਰਮੀ 'ਚ ਸ਼ੂਟ ਕੀਤਾ ਸੀ, ਗਰਮੀ 'ਚ ਵੀ ਸ਼ੂਟ, ਅਸੀਂ ਜਿਹੜਾ ਕਿਰਾਏ ਵਾਲੇ ਕਮਰੇ 'ਚ ਸ਼ੂਟ ਕੀਤਾ ਉਹ ਗਰਮੀ 'ਚ ਸੀ, ਸੱਚੀ ਉੱਥੇ ਪੱਖਾ ਨਹੀਂ ਸੀਗਾ, ਅਤੇ ਇਸ ਕੰਡੀਸ਼ਨ 'ਚ ਰਾਧਿਕਾ ਨੇ ਪੂਰਾ ਸੀਰੀਜ਼ ਨੂੰ ਸਾਥ ਦੇ ਕੇ ਸਿਰੇ ਨੂੰ ਚਾਰ ਚੰਨ ਲਾਏ ਨੇ। ਅਤੇ ਧੰਨਵਾਦ ਤੁਹਾਡੀ ਸਾਰੀ ਮੇਰੀ ਟੀਮ ਦਾ, ਇੱਦਾਂ ਹੀ ਸਾਰੇ ਮੇਰੇ ਨਾਲ ਜੁੜੇ ਰਹੋ। ਜਵਾਬ ਚੁੱਪ ਕਰ ਜਾ, ਮੈਂ ਮੁੱਕੀ ਵੀਡੀਓ 'ਚ ਹੀ ਸਿੱਟ ਦਿੰਦਾ ਹੁੰਦਾ। ਅਤੇ ਪੇਜ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ, ਯੂਟਿਊਬ ਚੈਨਲ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਦਾਦੀ ਚਾਦਰ ਸੀਰੀਜ਼ ਦਾ ਐਂਡ ਨਹੀਂ ਹੋਇਆ, ਸੀਜ਼ਨ ਦਾ ਐਂਡ ਹੋਇਆ, ਸੀਜ਼ਨ 2 ਜਲਦੀ ਆਏਗਾ। ਬਸ ਰਾਧਿਕਾ ਆਪਣੇ ਜਿਹੜਾ ਵਰਕ ਦਿੱਤਾ ਬਾਬਾ ਜੀ ਨੇ, ਇਹਨੂੰ ਇੱਥੋਂ ਦੀ ਵਿਹਲੀ ਹੋ ਜਾਵੇ, ਇੱਕ ਵਾਰੀ ਹੋਸਪਿਟਲੋਂ ਅਸੀਂ ਵਿਹਲੇ ਹੋ ਜਾਈਏ, ਫ੍ਰੀ ਹੋ ਕੇ ਫਿਰ ਅਸੀਂ ਦਾਜ ਦੀ ਚਾਦਰ ਸੀਜ਼ਨ 2 ਜ਼ਰੂਰ ਲੈ ਕੇ ਆਵਾਂਗੇ। ਫਿਲਹਾਲ ਦੇ ਲਈ ਸਾਨੂੰ ਇਜਾਜ਼ਤ ਦਿਓ ਅਤੇ ਨੈਕਸਟ ਸੀਰੀਜ਼ ਨੂੰ ਪਿਆਰ ਦਿਓ, ਅਤੇ ਅੱਗੇ ਅਸੀਂ ਪਲਾਨ ਕਰਾਂਗੇ ਕਿ ਇਹਨਾਂ ਕੋਲੋਂ ਰਜਿਸਟਰੀ ਕਿੱਦਾਂ ਲੈਣੀ ਹੈ, ਮੈਂ ਤੇ ਜੈਸਮੀਨ ਨੇ ਜੋ ਵੀ ਰੋਲ ਕੀਤਾ ਅਸੀਂ ਓਏ ਨਹੀਂ ਦੱਸਣਾ, ਸਹੀ ਗੱਲ ਹੈ, ਕਮੈਂਟ ਵਿੱਚ ਕਿਉਂਕਿ ਸਾਰੇ ਸਾਨੂੰ ਕਹਿ ਰਹੇ ਦੇਖ ਲੈ ਜੈਸਮੀਨ ਨਾਗਿਨ ਹੈ, ਪਰ ਅਸੀਂ ਨਾਗਿਨ ਨਹੀਂ ਹੈ, ਤੁਸੀਂ ਜੋ ਵੀ ਕਹਿੰਦੇ ਤਰੱਕੀ ਕਰਾ ਲਿਆ, ਕੱਪੜਾ ਠੀਕ ਪਿਆ ਉਹ ਸਿਰਫ ਸਾਡਾ, ਤੇ ਇੱਕ ਮਿੰਟ ਉੱਥੇ, ਇੱਕ ਮਿੰਟ ਉੱਥੇ ਰੱਖਿਓ, ਇਹ ਭਾਜੀ ਇੱਕ ਮਿੰਟ ਆਇਓ ਭਾਜੀ, ਆ ਸਾਰੇ ਕਹਿੰਦੇ ਨੇ ਕਿ ਜੈਸਮੀਨ ਦੇ ਹਸਬੰਡ ਕਿੱਥੇ ਨੇ ਕਿੱਥੇ ਨੇ, ਇਸ ਵਾਰ ਅਸੀਂ ਉਹਨਾਂ ਨੂੰ ਵੀ ਦਿਖਾਇਆ ਹੈ, ਇਧਰ ਆਓ ਮਾੜਾ ਜਿਹਾ ਤੈਨੂੰ ਇਧਰ, ਇਹ ਜੈਸਮੀਨ ਭਾਬੀ ਦੇ ਹਸਬੈਂਡ ਨੇ, ਇਹ ਸਵੇਰੇ ਸ਼ੋਪ ਹੈ ਇਹਨਾਂ ਦੀ ਆਪਣੀ, ਇਹ ਸਵੇਰੇ ਜਾਂਦੇ ਨੇ 8 ਵਜੇ, ਸ਼ਾਮੀ ਮੁੜਦੇ 11:30-11 ਵਜੇ, ਇਹਨਾਂ ਕੋਲ ਬਿਲਕੁਲ ਟਾਈਮ ਨਹੀਂ ਹੁੰਦਾ। ਅੱਜ ਮੰਗਲਵਾਰ ਸੀਗਾ ਤਾਂ ਅਸੀਂ ਇਹਦੇ ਕੋਲ ਇਹਨਾਂ ਕੋਲ ਸਪੈਸ਼ਲ ਟਾਈਮ ਲੈ ਕੇ ਇਹਨਾਂ ਦੀ ਛੁੱਟੀ ਕਰਾ ਕੇ ਅਤੇ ਅਸੀਂ ਇਹਨਾਂ ਕੋਲ ਅੱਜ ਵਾਲਾ ਐਪੀਸੋਡ ਕੱਢਿਆ, ਅਤੇ ਥੈਂਕ ਯੂ ਭਾਈ ਸੋ ਮੱਚ ਤੁਸੀਂ ਆਏ ਹੋ, ਅਤੇ ਹਾਂ ਭਾਈ ਦਾ ਸਪੈਸ਼ਲ ਥੈਂਕ ਆ ਵੀ ਸਾਡੇ ਵਾਸਤੇ ਸਪੈਸ਼ਲ ਟਾਈਮ ਕੱਢਿਆ। ਵੈਸੇ ਐਕਟਿੰਗ ਵਗੈਰਾ ਨੂੰ ਪ੍ਰੈਫਰ ਨਹੀਂ ਕਰਦੇ ਕਿਉਂਕਿ ਇਹ ਕਹਿੰਦੇ ਮੈਂ ਇਹਨੂੰ ਸ਼ਰਮ ਆਉਂਦੀ ਹੈ, ਪਰ ਆਪਾਂ ਭਾਈ ਨੂੰ ਜਿੱਦਾਂ ਜਿੱਦਾਂ ਗਿਆ ਤੁਸੀਂ ਐਪੀਸੋਡ ਦੇਖ ਲਿਆ, ਭਾਈ ਨੇ ਦਿਲ ਖੋਲ੍ਹ ਕੇ ਯੋਗਦਾਨ ਦਿੱਤਾ, ਦਿਲ ਖੋਲ੍ਹ ਕੇ ਸਾਨੂੰ ਸਪੋਰਟ ਕੀਤੀ ਹੈ ਭਾਈ, ਦਿਲੋਂ ਥੈਂਕ ਯੂ ਤੁਹਾਡਾ। ਅਤੇ ਬਾਕੀ ਤੁਸੀਂ ਬਾਕੀ ਤੁਸੀਂ ਕਹਿੰਦੇ ਹੋ ਵੀ ਜੈਸਮੀਨ ਭਾਬੀ ਦਾ ਹਸਬੈਂਡ ਬਾਹਰ ਹੈ, ਇਹ ਜਿੱਦਾਂ ਦੇ ਹਿਸਾਬ ਨਾਲ ਆਉਂਦੇ ਨੇ ਨਾ ਬਾਹਰ ਹੀ ਰਹਿੰਦੇ ਨੇ, ਇਹਨਾਂ ਦੀ ਦੁਕਾਨ ਹੀ ਬਾਹਰ ਹੈ। ਸੋ ਪੇਜ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ, ਅਤੇ ਦਿਲੋਂ ਥੈਂਕਸ ਤੁਹਾਡਾ, ਦਿਲੋਂ ਥੈਂਕਸ ਤੁਹਾਡਾ ਸਾਰਿਆਂ ਦਾ, ਬਾਏ।